ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧਸੰਗ ਜੀ, ਇੰਨੀ ਸੰਗਤ ਬੈਠੀ ਹੋਵੇ ਅਤੇ ਕਲਗੀਆਂ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਫਤਿਹ ਹੋਵੇ ਅਤੇ ਆਵਾਜ਼ ਗੁੰਮ ਹੋ ਜਾਏ ਅਤੇ ਸਾਹਿਬਜ਼ਾਦਾ ਸ਼ਹੀਦੀ ਗੁਰਪੁਰਬ ਹੋਵੇ, ਫਿਰ ਸਾਡਾ ਖੂਨ ਨਾ ਉਬਲੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੋ ਸਮਾਗਮ ਦੇ ਅਸਲੀ ਨੇ, ਗੁਰੂ ਸਾਹਿਬ ਦੀ ਕਿਰਪਾ ਅਤੇ ਰਹਿਮਤ, ਜੋ ਖੰਡੇ ਬੜ ਦਾ ਅੰਬਰ ਛਕਾਣਾ ਹੈ, ਇਹ ਛਕਾਣਾ ਗੁਰੂ ਸਾਹਿਬ ਨੇ ਛਕਾਣਾ ਹੈ ਅਤੇ ਸੰਗਤ ਦੇ ਸੰਯੋਗ ਦੇ ਨਾਲ ਅਤੇ ਭਾਈ ਸਾਹਿਬ ਦੇ ਸੰਯੋਗ ਦੇ ਨਾਲ, ਜੋ ਇੰਨਾ ਵੱਡਾ ਪਰਾਲਾ ਹੋ ਰਿਹਾ ਹੈ ਨਰੋਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ, ਬਸ ਹੋਰ ਕੋਈ ਪਰਾਲਾ ਨਹੀਂ। ਜਦੋਂ ਸਾਹਿਬਜ਼ਾਦਾ ਸ਼ਹੀਦੀ ਮਨਾਉਂਦੇ ਹਾਂ, ਕਿੰਨੇ ਸਾਡੇ ਲਈ ਉਹਨਾਂ ਦੁੱਖ, ਸਾਡੇ ਕਿੰਨੇ ਗੁਸਾ ਵੀ ਅੰਤ ਹੀ ਨਹੀਂ, ਅਤੇ ਸਾਡਾ ਸਾਰਿਆਂ ਦਾ ਹੱਕ ਬਣਦਾ ਅਤੇ ਕੋਈ ਵਿਰੋਧ ਨਹੀਂ ਕਰਨਾ, ਨਰੋਲ ਗੁਰੂ ਦਾ ਪ੍ਰਚਾਰ ਕਰਨਾ ਜਿੰਨੇ ਸਾਡੇ ਬਾਕੀ ਸਾਹ ਰਹਿੰਦੇ ਨੇ। ਜਦੋਂ ਸਾਡੀ ਇਹ ਭਾਵਨਾ ਬਣ ਗਈ ਨਾ, ਫਿਰ ਇੰਨੀ ਚੜ੍ਹਦੀ ਕਲਾ ਹੋਈ ਦੀ ਘਰ 'ਚ ਵੀ, ਬਾਹਰ 'ਚ ਵੀ, ਸੰਸਾਰ 'ਚ ਵੀ, ਖਾਲਸੇ ਦੀ ਅਤੇ ਦਾਸ ਦੀ ਬੇਨਤੀ, ਜਿਨ੍ਹਾਂ ਦੇ ਨਾਮ ਆ ਚੁੱਕੇ ਨੇ, ਬਹੁਤ ਕਿਰਪਾ ਹੋਈ ਹੈ ਗੁਰੂ ਨਾਨਕ ਦੇਵ ਨਿਰੰਕਾਰ ਦੀ, ਅਤੇ ਜਿਨ੍ਹਾਂ ਨੂੰ ਨਰੋਲ ਚਿੱਠੀਆਂ ਮਿਲੀਆਂ, ਛਕ ਲਓ ਘਰ ਘਰ ਗੁਰੂ ਸਾਹਿਬ ਭੇਜ ਰਿਹਾ। ਰਾਤੀ 6 ਤੋਂ 9 ਵਜੇ ਤੱਕ ਗੁਰੂ ਸਾਹਿਬ ਨੇ ਭੇਜਿਆ ਸੀ ਘਰਾਂ 'ਚ, ਸਵੇਰੇ 8 ਤੋਂ 10 ਤੱਕ ਭੇਜਿਆ ਸੀ ਗੁਰੂ ਸਾਹਿਬ ਨੇ ਘਰਾਂ 'ਚ, ਅਤੇ ਜਿਹੜੇ 5-7 ਘਰ ਦਸ ਰਹਿੰਦੇ ਨੇ ਉਹਨਾਂ 'ਚ ਗੁਰੂ ਚਿੱਠੀਆਂ ਅੱਜ ਸ਼ਾਮ ਨੂੰ ਭੇਜੇਗਾ, ਅਤੇ ਜਿੰਨਾ ਘਰ ਗੁਰੂ ਦੀ ਚਿੱਠੀਆਂ ਜਾਣ ਅਤੇ ਦਾਸ ਦਾ ਉਹਦੇ ਸਿਰ ਝੁਕਦਾ ਹੈ, ਜਿਹਨੂੰ ਗੁਰੂ ਦੀ ਚਿੱਠੀ ਮਿਲੇ ਕਲਗੀਆਂ ਵਾਲੇ ਪਾਤਸ਼ਾਹ ਦੀ। ਇਹ ਛੋਟੀ ਮੋਟੀ ਚਿੱਠੀ ਨਾ ਸਮਝਿਆ ਕਰੋ, ਇਹ ਵੇ ਦਰਗਾਹੀ ਚਿੱਠੀ। ਅਤੇ ਮੈਂ ਸੰਗਤ ਦੇ ਚਰਨਾਂ 'ਚ ਅਰਦਾਸ ਕਰਨਾ, ਕੱਲ੍ਹ ਨੂੰ ਕਕਾਰ ਵੀ ਫ੍ਰੀ ਦਿੱਤੇ ਜਾਣਗੇ, ਜਿੰਨਾ ਜਿੰਨਾ 12 ਮਹੀਨੇ ਫ੍ਰੀ ਦਿੱਤੇ ਜਾਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ, ਹਰ ਘੜੀ ਹਰ ਪਲ ਹਰ ਸਵਾਸ ਦੇ ਨਾਲ ਮੇਰੀ ਮੰਗ ਹੈ ਗੁਰੂ ਅੱਗੇ, ਬਸ ਜਿੰਨੇ ਮੇਰੇ ਸਾਹ ਨੇ ਸੇਵਾ 'ਚ ਜਾਣ, ਖਾਲਸੇ ਦੀ ਸੇਵਾ 'ਚ ਜਾਣ, ਚੜ੍ਹਦੀ ਕਲਾ ਖਾਲਸਾ ਹੋਵੇ, ਹਰ ਥਾਂ ਹੀ ਪ੍ਰਚਾਰ ਹੋਵੇ, ਜਿੱਥੇ ਵੀ ਦਾਸ ਜਾਂਦਾ, ਚਾਹੇ ਹਰਿਮੰਦਰ ਸਾਹਿਬ ਜਾਏ, ਕਿਰੇ ਵੀ ਜਾਏ, ਇਹੋ ਸੇਵਾ ਲੱਗੀ ਰਹਿੰਦੀ ਹੈ ਅਤੇ ਗੁਰੂ ਲਾਈ ਰੱਖੇ। ਬਹੁਤ ਨਾਮ ਆ ਚੁੱਕੇ ਨੇ ਅਤੇ ਜਿਨ੍ਹਾਂ ਦੇ ਨਾਂ ਅੱਜ ਤੱਕ ਨਹੀਂ ਆਏ, ਪਹੁੰਚੋ, ਇਹ ਸਮਾਗਮ ਨਰੋਲ ਗੁਰੂ ਗ੍ਰੰਥ ਸਾਹਿਬ ਜੁੜਨ ਦਾ ਹੈ। ਬਸ ਬੜੇ ਵੱਡੇ ਪਰਾਲੇ ਕਰ ਰਹੇ ਨੇ ਭਾਈ ਸਾਹਿਬ, ਇਹਨਾਂ ਦਾ ਬੜਾ ਵੱਡਾ ਭਾਗ ਇੰਨੀ ਦੂਰੋਂ ਚੱਲ ਕੇ ਆਪਣੇ ਨਗਰ ਦੇ ਵਿੱਚ ਆ ਕੇ ਸੰਯੋਗ ਦੇ ਨਾਲ ਗੁਰੂ ਨਾਲ ਜੋੜਦੇ ਨੇ, ਅਤੇ ਦਾਸ ਇਸ ਕਰਕੇ ਆਪਾਂ ਵੀ ਗੁਰੂ ਦੀ ਕਿਰਪਾ ਲੈ ਲਈਏ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਫਿਰ ਦੁਬਾਰਾ ਬੇਨਤੀ ਕਰ ਲਿਆ, ਕੱਲ੍ਹ ਨੂੰ ਖੰਡੇ ਬੱਟ ਦਾ ਅੰਬਰ ਛਕਾਇਆ ਜਾਣਾ ਹੈ। ਬੜੇ ਵੱਡੇ ਭਾਗ ਨੇ ਸਾਡੇ, ਜਿਨ੍ਹਾਂ ਚਿੱਠੀਆਂ ਮਿਲੀਆਂ ਉਹਨਾਂ ਨੂੰ ਨਮਸਕਾਰ, ਜਿਨ੍ਹਾਂ ਨਹੀਂ ਲਈਆਂ ਉਹਨਾਂ ਨੂੰ ਲੈ ਲਓ, ਅਤੇ ਕੱਲ੍ਹ ਨੂੰ ਤਿਆਰ ਹੋ ਕੇ ਕਿਸ ਇਸ਼ਨਾਨ ਕਰਕੇ ਆ ਜਾਓ, ਖਸ਼ਾਬ ਇੱਥੋਂ ਕਛਹਿਰੇ ਕਛੂਰੇ ਸਭ ਕੁਛ ਤਾਂ ਮਿਲੇਗਾ, ਕਕਾਰਾਂ ਦੀ ਸੇਵਾ ਵੀ, ਹੋਰ ਵੀ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਕੱਲ੍ਹ ਨੂੰ 10 ਵਜੇ ਇੱਥੇ ਪਹੁੰਚ ਜਾਣਾ ਹੈ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਮੈਨੂੰ ਮਾਫ਼ ਕਰ ਦਿਆ, ਮੈਂ ਦੋ ਦਿਨ ਸਭ ਦੀ ਚਰਨਾਂ 'ਚ ਬੇਨਤੀ ਕਰਨੀ ਹੈ, ਵੀਰਾਂ ਅਤੇ ਭੈਣਾਂ, ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਅਤੇ ਝੋਲੀ 'ਚ ਦਾਤਾਂ ਪਾ ਲਿਆ ਜੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।